ਪਹਿਰੇਦਾਰ ਟੀਵੀ ਦੇਖ ਰਹੇ ਸਤਿਕਾਰਯੋਗ ਵੀਰੋ, ਭੈਣੋ ਅਤੇ ਪਿਆਰੇ ਬੱਚਿਓ, ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦੇਸ਼ ਦੀ ਫੇਰੀ ਤੋਂ ਬਾਅਦ ਅੱਜ ਫਿਰ ਤੁਹਾਡੇ ਰੂਬਰੂ ਹਾਂ ਰੋਜ਼ਾਨਾ ਦਾ ਪ੍ਰੋਗਰਾਮ ਢਿੱਡ ਦੀ ਗੱਲ ਲੈ ਕੇ। ਬੜੇ ਲੰਬੇ ਸਮੇਂ ਤੋਂ ਬਾਅਦ, 34 ਸਾਲ ਦੀ ਲੰਬੀ ਉਡੀਕ ਤੋਂ ਬਾਅਦ, ਸਿੱਖਾਂ ਦੇ ਕੰਨਾਂ ਦੇ ਵਿੱਚ ਕੁਝ ਅਜਿਹੇ ਸ਼ਬਦ ਆਏ ਨੇ ਜਿਹੜੇ ਸ਼ਬਦ ਉਹ ਲੰਬੇ ਸਮੇਂ ਤੋਂ ਸੁਣਨਾ ਚਾਹੁੰਦੇ ਸੀ, ਜਿਹੜੇ ਸ਼ਬਦ ਉਹਨਾਂ ਨੂੰ ਮਿਲੀ ਪੀੜਾ ਦੀ ਕੁਛ ਨਾ ਕੁਛ ਧਰਵਾਸਾ ਦਿੰਦੇ ਨੇ। ਸੋ ਅੱਜ ਦਿੱਲੀ ਦੀ ਅਦਾਲਤ ਨੇ 1984 ਦੇ ਸਿੱਖ ਕਤਲੇਆਮ, ਦੋ ਸਿੱਖਾਂ ਦੇ ਕਾਤਲਾਂ ਨੂੰ, ਇੱਕ ਨੂੰ ਫਾਂਸੀ ਦੀ ਅਤੇ ਦੂਸਰੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੋ 1 ਜਨਵਰੀ 1984 ਵਾਲੇ ਦਿਨ ਦਿੱਲੀ ਦੇ ਮਹੀਪਾਲ ਇਲਾਕੇ ਦੇ ਵਿੱਚ ਦੋ ਸਿੱਖਾਂ ਦਾ, ਅਵਤਾਰ ਸਿੰਘ ਅਤੇ ਹਰਦੇਵ ਸਿੰਘ ਦਾ ਕਤਲ ਹੋਇਆ, ਅਤੇ ਉਸ ਕਤਲ ਦੇ ਵਿੱਚ ਯਸ਼ਪਾਲ ਸਿੰਘ ਅਤੇ ਨਰੇਸ਼ ਸਹਿਰਾਵਤ ਨਾਮੀ ਵਿਅਕਤੀ ਸੀ ਜਿਹੜੇ, ਉਹ ਦੋਸ਼ੀ ਨਾਮਜ਼ਦ ਕੀਤੇ ਗਏ। ਪਰੰਤੂ ਉਸ ਵੇਲੇ ਜਿਹੜਾ ਵਰਤਾਰਾ ਸੀ ਅਤੇ ਜਿਹੜੇ ਹਕੂਮਤ ਦੇ ਹੁਕਮ ਸੀ ਕਿ ਸਿੱਖਾਂ ਦੇ ਕਾਤਲਾਂ ਨੂੰ ਇਨਸਾਫ ਦੇਣ ਵਾਲੇ ਪਾਸੇ ਆ ਜਿਹੜੀ ਗੱਲ, ਉਹਨਾਂ ਨੂੰ ਸਜ਼ਾ ਦੇਣ ਵਾਲੇ ਪਾਸੇ ਆ ਜਿਹੜੀ ਗੱਲ, ਉਹ ਨਹੀਂ ਤੁਰਨੀ ਚਾਹੀਦੀ। ਅਤੇ ਪੁਲਿਸ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਕੇ ਜਿਹੜੇ ਦੰਦ ਲਾਉਂਦੇ ਫਿਰ ਰਹੇ ਕਾਤਲ ਸੀ, ਜਿਨ੍ਹਾਂ ਨੇ ਸਿੱਖਾਂ ਦਾ ਵਹਿਸ਼ੀਆਨਾ ਢੰਗ ਦੇ ਨਾਲ ਕਤਲੇਆਮ ਕੀਤਾ, ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ, ਮਾਵਾਂ ਭੈਣਾਂ ਧੀਆਂ ਦੀ ਬੇਅਦਬੀ ਵੀ ਕੀਤੀ, ਛੋਟੇ ਛੋਟੇ ਬੱਚਿਆਂ ਨੂੰ ਅੱਗਾਂ ਦੇ ਵਿੱਚ ਸੁੱਟਿਆ ਗਿਆ, ਬਜ਼ੁਰਗਾਂ ਨੂੰ ਕਤਲ ਕੀਤਾ ਗਿਆ। ਸੋ ਉਹਨਾਂ ਵਹਿਸ਼ੀ ਦਰਿੰਦਿਆਂ ਨੂੰ ਉਸ ਵੇਲੇ ਦੀ ਪੁਲਿਸ ਨੇ ਪੂਰੀ ਸੁਰੱਖਿਆ ਦਿੱਤੀ, ਪੂਰੀ ਸਰਪ੍ਰਸਤੀ ਦਿੱਤੀ। ਪਹਿਲੀ ਗੱਲ ਤਾਂ ਇਹ ਕਿ FIR ਆ ਜਿਹੜੀ ਉਹੀ ਦਰਜ ਨਹੀਂ ਕੀਤੀ ਗਈ, ਅਤੇ ਦੂਜਾ ਜੇ ਕਿਧਰੇ ਦਬਾਅ ਦੇ ਕਾਰਨ ਜਾਂ ਮਾਮਲਾ ਇੰਨਾ ਗੰਭੀਰ ਹੋਣ ਦੇ ਕਾਰਨ ਮਜਬੂਰੀ ਬਸ ਪੁਲਿਸ ਨੂੰ ਕੋਈ FIR ਦਰਜ ਕਰਨੀ ਪਈ, ਅਤੇ ਉਹਦੇ ਇੰਨੇ ਛੋਰ ਮੋਰੀਆਂ ਛੱਡ ਦਿੱਤੀਆਂ ਗਈਆਂ ਕਿ ਜਿਹੜੇ ਦੋਸ਼ੀ ਵਿਅਕਤੀ ਸੀ, ਜਿਹੜੇ ਕਾਤਲ ਵਿਅਕਤੀ ਸੀ, ਉਹਨਾਂ ਨੂੰ ਅਦਾਲਤਾਂ ਸੀ ਜਿਹੜੀਆਂ, ਉਹਨਾਂ ਨੇ ਨੱਥ ਨਹੀਂ ਪਾਈ। ਸੋ ਇਹ ਕੇਸ ਜਿਹਦਾ ਅੱਜ ਅਦਾਲਤ ਨੇ ਫੈਸਲਾ ਕੀਤਾ, ਜਿਹਦੇ ਵਿੱਚ ਫਾਂਸੀ ਵਰਗੀ ਸਜ਼ਾ ਜਿਹੜੀ ਉਹ ਦਿੱਤੀ ਗਈ ਆ, ਸੋ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਸ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਹ ਕੇਸ ਕਿੰਨਾ ਕੁ ਗੰਭੀਰ ਹੁੰਦਾ। ਪਰੰਤੂ ਦੂਜੇ ਪਾਸੇ ਅਸੀਂ ਦੇਖੀਏ ਕਿ ਇਸ ਕੇਸ ਨੂੰ 1994 'ਚ ਇਸ ਕੇਸ ਨੂੰ ਅਦਾਲਤ ਨੇ ਇਹ ਕਹਿੰਦਿਆਂ ਹੋਇਆਂ ਬੰਦ ਕਰ ਦਿੱਤਾ ਸੀ ਕਿ ਸਬੂਤਾਂ ਦੀ ਘਾਟ ਆ। ਉਸ ਤੋਂ ਦੁਬਾਰਾ ਜਦੋਂ ਇਸ ਦੀ ਜਾਂਚ ਜਿਹੜੀ ਕੀਤੀ ਗਈ, ਸਿੱਟ ਨੇ ਇਹਦੀ ਦੁਬਾਰਾ ਰਿਪੋਰਟ ਆ ਜਿਹੜੀ ਉਹ ਪੇਸ਼ ਕੀਤੀ ਗਈ, ਅਤੇ ਉਸ ਦੁਬਾਰਾ ਪੇਸ਼ ਕੀਤੀ ਗਈ ਜਾਂਚ ਅਤੇ ਰਿਪੋਰਟ 'ਤੇ ਇਸ ਕੇਸ ਦਾ ਜਿਹੜਾ ਉਹ ਮੁਕੱਦਮਾ ਜਿਹੜਾ ਲੰਬਾ ਸਮਾਂ ਚੱਲਿਆ, ਸਰਦਾਰ ਹਰਵਿੰਦਰ ਸਿੰਘ ਜੀ ਫੂਲਕਾ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਵਕੀਲ ਨੇ,
ਅਤੇ ਜਿਹੜੇ ਸਿੱਖੀ ਦਾ ਦਰਦ ਰੱਖਦੇ ਨੇ, ਜਿਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਲੰਬੇ ਸਮੇਂ ਤੋਂ ਜਿਹੜੇ ਉਹ ਕੇਸ ਲੜਦੇ ਆ ਰਹੇ ਨੇ, ਉਹਨਾਂ ਨੇ ਇਸ ਕੇਸ ਨੂੰ ਜੀ ਜਾਨ ਦੇ ਨਾਲ ਲੜਿਆ ਅਤੇ 1994 ਤੋਂ ਲੈ ਕੇ 24 ਸਾਲ ਬਾਅਦ ਇਸ ਕੇਸ ਨੂੰ ਲੜਿਆ ਗਿਆ ਅਤੇ ਅੱਜ ਸਿੱਖਾਂ ਦੇ ਕੰਨਾਂ ਦੇ ਵਿੱਚ ਕੁਝ ਸੁਖਦ ਸ਼ਬਦ ਨੇ ਜਿਹੜੇ ਉਹ ਅਦਾਲਤ ਵੱਲੋਂ ਚੰਗਾ ਫੈਸਲਾ ਲੈਣ ਤੋਂ ਬਾਅਦ ਕਿ ਅਦਾਲਤ ਨੇ ਇੱਕ ਦੋਸ਼ੀ ਯਸ਼ਪਾਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਆ ਅਤੇ ਨਰੇਸ਼ ਮਹਿਰਾਵਤ ਆ ਜਿਹੜਾ ਉਹਨੂੰ ਉਹਨਾਂ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਸੋ ਹੁਣ ਸਾਡੇ ਸਾਹਮਣੇ ਜਿਹੜੇ ਸਵਾਲ ਖੜ੍ਹੇ ਹੁੰਦੇ ਨੇ ਕਿ ਕੀ ਅਦਾਲਤਾਂ ਬਾਕੀ ਰਹਿੰਦੇ ਕੇਸਾਂ ਦੇ ਵਿੱਚ, ਕੀ ਅਦਾਲਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਵਹਿਸ਼ੀਆਨਾ ਕਤਲੇਆਮ ਦਾ ਇਸ ਅੰਦਾਜ਼ ਦੇ ਵਿੱਚ, ਇਸ ਢੰਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਕਰਨਗੀਆਂ? ਭਾਵੇਂ ਆਖਿਆ ਜਾਂਦਾ ਕਿ ਇਨਸਾਫ਼ ਦੇ ਵਿੱਚ ਦੇਰੀ ਆ ਜਿਹੜੀ ਉਹ ਇੱਕ ਤਰ੍ਹਾਂ ਇਨਸਾਫ਼ ਦਾ ਕਤਲ ਹੁੰਦਾ। ਅੱਜ 34 ਵਰ੍ਹਿਆਂ ਬਾਅਦ ਇੱਕ ਇਨਸਾਫ਼ ਆ ਜਿਹੜਾ ਉਹ ਦਿੱਤਾ ਗਿਆ। ਇਸ ਤੋਂ ਬਾਅਦ ਵੀ ਇਹ ਮੁਕੱਦਮਾ ਜਿਹੜਾ ਉੱਪਰਲੀ ਅਦਾਲਤ, ਹਾਈ ਕੋਰਟ, ਸੁਪਰੀਮ ਕੋਰਟ ਤੱਕ ਜਾਣਾ, ਪਤਾ ਨਹੀਂ ਜਿਹੜੀ ਮਤਲਬ ਫਾਂਸੀ ਸੁਣਾਈ ਆ ਯਸ਼ਪਾਲ ਨੂੰ, ਇਹ ਕਦੋਂ ਹੋਣੀ ਆ? ਪਰੰਤੂ ਸਾਡੇ ਸਾਹਮਣੇ ਜਿਹੜਾ ਸਵਾਲ ਖੜ੍ਹਾ ਹੋਇਆ ਕਿ ਕੀ ਸਿੱਖਾਂ ਨੂੰ 1984 ਦੇ ਸਿੱਖ ਕਤਲੇਆਮ ਦਾ ਜੇ ਇੱਕ ਅੱਧ ਕੇਸ ਦੇ ਵਿੱਚ ਇਹ ਵੀ ਕਿ ਇਹ ਜਿਹੜਾ ਕਤਲ ਹੋਇਆ ਇਹ ਮਤਲਬ ਸਿੱਖ ਕਤਲੇਆਮ ਤੋਂ ਬਾਅਦ ਜਿਹੜੇ ਮਤਲਬ ਇੱਕ ਗਿਣੀ ਮਿੱਥੀ ਸਾਜਿਸ਼ ਦੇ ਅਧੀਨ ਹੋਇਆ ਹੋਇਆ ਕਤਲ ਹੈ ਦੋ ਵਿਅਕਤੀਆਂ ਦਾ, ਅਵਤਾਰ ਸਿੰਘ ਅਤੇ ਹਰਦੇਵ ਸਿੰਘ ਦਾ। ਸੋ ਇਹ ਭਾਵੇਂ ਕਿ 1984 ਦਾ ਸੇਕ ਆ, 1984 ਦੀ ਨਫ਼ਰਤ ਦੀ ਭਾਵਨਾ ਦੇ ਅਧੀਨ ਇਹ ਕਤਲ ਆ ਜਿਹੜਾ ਕੀਤਾ ਗਿਆ ਸੀ, ਪਰੰਤੂ ਇਹ ਉਹਨਾਂ ਕਤਲੇਆਮ ਤੋਂ ਬਾਹਰਾ ਕੇਸ ਆ ਜਿਹੜੇ ਨਵੰਬਰ 1984  'ਚ ਹੋਏ। ਸੋ ਹੁਣ ਸਾਡੇ ਸਾਹਮਣੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਵਾਲ ਇਹ ਉੱਠਦਾ ਕਿ ਕੀ 1984 ਦੇ ਸਿੱਖ ਕਤਲੇਆਮ ਦਾ ਇਨਸਾਫ਼ ਸਿੱਖਾਂ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ, ਕਿਉਂਕਿ ਅਦਾਲਤ ਦੇ ਵਿੱਚ ਸਬੂਤਾਂ ਦੀ ਘਾਟ ਆ, ਅਦਾਲਤ ਦੇ ਵਿੱਚ FIR ਜਿਹੜੀਆਂ ਦਰਜ ਹੋਈਆਂ ਨੇ ਉਹ ਅਧੂਰੀਆਂ ਨੇ, ਅਦਾਲਤ ਦੇ ਵਿੱਚ ਉਹ ਗਵਾਹ ਜਿਹੜੇ ਉਸ ਵੇਲੇ ਮੌਕੇ 'ਤੇ ਸੀ ਉਹਨਾਂ 'ਚੋਂ ਬਹੁਤ ਸਾਰੇ ਗਵਾਹ ਜਿਹੜੇ ਉਹ ਮੌਜੂਦ ਨਹੀਂ ਰਹੇ। ਸੋ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਹੋਰਾਂ ਦਾ ਕੇਸ ਆ ਜਿਹੜਾ ਉਹ ਸਾਡੇ ਸਾਹਮਣੇ ਆ ਕਿ ਇਹ ਦੋਸ਼ੀ ਜਿਹੜੇ ਮਤਲਬ ਕਿਸੇ ਤੋਂ ਲੁਕੇ ਛਿਪੇ ਨਹੀਂ, ਹਰ ਕਿਸੇ ਨੂੰ ਇਸ ਦੇਸ਼ ਦੇ ਬਸ਼ਿੰਦੇ ਨੂੰ, ਇਸ ਦੇਸ਼ ਦੀਆਂ ਅਦਾਲਤਾਂ ਨੂੰ, ਇਸ ਦੇਸ਼ ਦੇ ਮੀਡੀਏ ਨੂੰ, ਇਸ ਦੇਸ਼ ਦੇ ਹਾਕਮਾਂ ਨੂੰ ਇਸ ਗੱਲ ਦਾ ਬਾਖੂਬੀ ਗਿਆਨ ਆ ਕਿ ਉਸ ਵੇਲੇ ਦੀ ਰਾਜੀਵ ਗਾਂਧੀ ਦੀ ਜਿਹੜੀ ਜੁੰਡਲੀ ਸੀ ਜਿਹਦੀ ਅਗਵਾਈ HKL ਭਗਤ ਅਤੇ ਇਹ ਜਿਹੜੇ ਵਿਅਕਤੀ ਨੇ ਆਪਣੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਜਿਹੜੇ ਇਹਨਾਂ ਦੇ ਹੋਰ ਸਾਥੀ ਸੀ ਉਹ ਕਰਦੇ ਸੀ, ਅਤੇ ਇਹਨਾਂ ਵਹਿਸ਼ੀ ਦਰਿੰਦਿਆਂ ਦੀ ਅਗਵਾਈ ਦੇ ਵਿੱਚ ਹੀ ਸਿੱਖਾਂ ਦਾ ਵਹਿਸ਼ੀ ਇਹਨਾਂ ਢੰਗ ਦੇ ਨਾਲ ਕਤਲੇਆਮ ਹੋਇਆ। ਪਰੰਤੂ ਜਿਵੇਂ ਮੈਂ ਕਿਹਾ, ਕਿਉਂਕਿ ਸਰਕਾਰਾਂ ਦੀ ਸਰਪ੍ਰਸਤੀ ਆ, ਸਰਕਾਰਾਂ ਨੇ ਜਿਹੜੀਆਂ ਉਹਨਾਂ ਨੇ ਇਹਨਾਂ ਦੋਸ਼ੀਆਂ ਦੇ ਵਿਰੁੱਧ, ਇਹਨਾਂ ਕਾਤਲਾਂ ਦੇ ਵਿਰੁੱਧ ਜਿਹੜੇ ਸਬੂਤ ਨੇ ਉਹ ਸਹੀ ਢੰਗ ਦੇ ਨਾਲ ਅਦਾਲਤਾਂ 'ਚ ਪੇਸ਼ ਨਹੀਂ ਕੀਤੇ, ਕੇਸ ਸੀ ਜਿਹੜੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਨਹੀਂ ਨਜਿੱਠਿਆ ਗਿਆ, ਅਤੇ ਅੱਜ ਵੀ 1984 ਦੇ ਸਿੱਖ ਕਤਲੇਆਮ ਦੇ ਇਹ ਦਰਿੰਦੇ ਕਾਤਲ ਨੇ ਜਿਹੜੇ ਇਹ ਦੰਦਰੋਂ ਦੇ ਫਿਰ ਰਹੇ ਨੇ, ਸ਼ਰੇਆਮ ਮਤਲਬ ਉਹਨਾਂ ਦੇ ਕੇਸ ਨੇ ਜਿਹੜੇ ਉਹ ਇੰਨੇ ਲਟਕੇ ਹੋਏ ਨੇ ਕਿ ਉਸ ਪਾਸੇ ਅਦਾਲਤਾਂ ਨੇ ਜਿਹੜੀਆਂ ਹਾਲੇ ਮੁੱਢਲੀਆਂ ਜਿਹੜੀਆਂ ਜਾਂਚ ਨੇ ਜਾਂ ਮੁੱਢਲਾ ਦੌਰ ਆ ਜਿਹੜਾ ਅਸੀਂ ਉਸ ਤੋਂ ਪਾਰ ਨਹੀਂ ਹੋ ਸਕੀਆਂ।
ਸੋ ਸਿੱਖ ਠੀਕ ਹੈ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਦਾਰਾ ਪਹਿਰੇਦਾਰ ਵੱਲੋਂ ਵੀ, ਸਿੱਖ ਸੰਗਤ ਵੱਲੋਂ ਵੀ, ਕਿ ਅਦਾਲਤ ਨੇ ਆਖਰ ਚਾਹੇ ਲੰਬੇ ਸਮੇਂ ਬਾਅਦ ਇਨਸਾਫ ਦਿੱਤਾ, 34 ਵਰ੍ਹਿਆਂ ਬਾਅਦ ਇਨਸਾਫ ਦਿੱਤਾ, ਪਰੰਤੂ ਚਲੋ ਅਦਾਲਤ ਨੇ ਇੱਕ ਇਨਸਾਫ ਜ਼ਰੂਰ ਸਿੱਖਾਂ ਨੂੰ ਦਿੱਤਾ, ਉਹਨਾਂ ਦੇ ਕੰਨਾਂ 'ਚ ਸੁਖਦ ਸ਼ਬਦ ਨੇ ਜਿਹੜੇ ਉਹ ਪਾਏ ਨੇ। ਸੋ ਇਸ ਅਦਾਲਤੀ ਫੈਸਲੇ ਦੀ ਰੋਸ਼ਨੀ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖਾਂ ਦੇ 1984 ਕਤਲੇਆਮ ਦੇ ਕਾਤਲ ਨੇ ਉਹਨਾਂ ਨੂੰ ਸਜ਼ਾਵਾਂ ਮਿਲਣ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋਊਗਾ ਜਾਂ ਨਹੀਂ, ਸਾਡੇ ਸਾਹਮਣੇ ਇਹ ਵੀ ਇੱਕ ਵੱਡਾ ਸਵਾਲ ਆ ਜਿਹੜਾ ਖੜ੍ਹਾ ਹੋਇਆ। ਜਿਵੇਂ ਮੈਂ ਗੱਲ ਕੀਤੀ ਆ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲ ਔਰ ਵਰਗੇ ਨੇ ਬੜੇ ਲੰਬੇ ਸਮੇਂ ਤੋਂ ਉਹ ਅਦਾਲਤਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਖਿਡੌਣਾ ਬਣਾਇਆ ਹੋਇਆ ਉਹਨਾਂ ਦਾ, ਉਹਨਾਂ ਦੇ ਹੱਥਾਂ 'ਚ ਅਦਾਲਤਾਂ ਖੇਡ ਰਹੀਆਂ ਨੇ, ਇੰਨੇ ਲੰਬੇ ਕੇਸ ਜਿਹੜੇ ਉਹ ਚੱਲ ਰਹੇ ਨੇ, ਗਵਾਹ ਨੇ ਜਿਹੜੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਵਾ, ਗਵਾਹ ਨੇ ਜਿਹੜੇ ਉਹਨਾਂ ਨੂੰ ਡਰਾਇਆ ਜਾ ਰਿਹਾ, ਗਵਾਹ ਨੇ ਜਿਹੜੇ ਉਹਨਾਂ ਨੂੰ ਗਾਇਬ ਕੀਤਾ ਜਾ ਰਿਹਾ। ਪਿੱਛੇ ਜੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਉਹ ਬੀਬੀ ਵੱਲੋਂ ਦਿੱਤੀਆਂ ਵੀ ਗਈਆਂ ਨੇ ਕਿ ਉਸ ਦੀ ਗਵਾਹੀ ਆ ਜਿਹੜੀ ਉਸ ਕਰਕੇ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਹਨਾਂ ਜਗਦੀਸ਼ ਟਾਈਟਲਸ ਅਤੇ ਸੱਜਣ ਕੁਮਾਰ ਵਰਗੇ ਦਰਿੰਦੇ ਕਾਤਲਾਂ ਵੱਲੋਂ। ਪਰੰਤੂ ਅਸੀਂ ਮਤਲਬ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਇੱਕ ਸ਼ੁਰੂਆਤ ਆ ਜਿਹੜੀ ਉਹ ਹੋਈ ਆ, ਸੋ ਅਸੀਂ ਇਸ ਸ਼ੁਰੂਆਤ ਤੋਂ ਬਹੁਤਾ ਮਤਲਬ ਉਤਸ਼ਾਹਿਤ ਤਾਂ ਨਹੀਂ ਹੋ ਸਕਦੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਦੇਸ਼ ਦੀਆਂ ਜਿਹੜੀਆਂ ਤਾਕਤਾਂ ਨੇ, ਸਿੱਖ ਵਿਰੋਧੀ ਤਾਕਤਾਂ ਨੇ, ਉਹ ਸਿੱਖਾਂ ਦੇ ਪੱਲੇ ਸਿੱਖਾਂ ਦੀ ਝੋਲੀ 'ਚ ਇਨਸਾਫ ਨਹੀਂ ਪਾਉਣਗੀਆਂ, ਮਾਮਲਾ ਜਿਹੜਾ ਉਹ ਪੜਾਅ ਦਰ ਪੜਾਅ ਜਿਹੜਾ ਉਹ ਲਟਕਾਇਆ ਜਾਊਗਾ। ਪਰੰਤੂ ਇੱਕ ਫੈਸਲਾ ਆਇਆ, ਉਸ ਫੈਸਲੇ ਦੀ ਰੋਸ਼ਨੀ ਦੇ ਵਿੱਚ ਹੁਣ ਸਾਡੇ ਲਈ ਇੱਕ ਨਵਾਂ ਰਾਹ ਜਿਹੜਾ ਉਹ ਖੁੱਲ੍ਹਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲਟਕੇ ਹੋਏ ਕੇਸ ਨੇ ਉਹਨਾਂ ਦੇ ਫੈਸਲੇ ਆ ਜਿਹੜੇ ਉਹ ਵੀ ਜਲਦੀ ਤੋਂ ਜਲਦੀ ਸਾਹਮਣੇ ਆਉਣ। ਉਸ ਲਈ ਅਦਾਲਤਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਚੱਲਦੇ ਕੇਸ ਨੇ ਜਿਹੜੇ ਉਹਨਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ, ਅਤੇ ਇਸ ਕੇਸ ਦੀ ਰੋਸ਼ਨੀ ਦੇ ਵਿੱਚ ਅਦਾਲਤਾਂ ਉਹਨਾਂ ਕੇਸਾਂ ਦੇ ਫੈਸਲੇ ਵੀ ਨੇ ਜਿਹੜੇ ਉਹ ਜਲਦ ਤੋਂ ਜਲਦ ਕਰਨ। ਅਗਲੀ ਸਾਡੇ ਸਾਹਮਣੇ ਜਿਹੜੀ ਪੰਜਾਬ ਦੇ ਵਿੱਚ ਚਰਚਿਤ ਖਬਰ ਆ ਜਿਹੜੀ, ਕਦੇ ਮਰਦੇ ਮਜਾਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਸਮੇਂ ਦੇ ਵਿੱਚ ਉਹ ਖੁਦ ਕਹਿੰਦੇ ਹੁੰਦੇ ਸੀ ਕਿ ਪੰਜਾਬ 'ਚ ਕਿਤੇ ਕੋਈ ਚਿੜੀ ਵੀ ਮਰ ਜਾਵੇ ਤਾਂ ਉਹਦਾ ਇਲਜ਼ਾਮ ਆ ਜਿਹੜਾ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ 'ਤੇ ਲਾ ਦਿੱਤਾ ਜਾਂਦਾ ਸੀ। ਕੋਈ ਤਿਲਕ ਕੇ ਡਿੱਗ ਕੇ ਕਿਸੇ ਹਿੰਦੂ ਤਵੀ ਆਗੂ ਦੀ ਲੱਤ ਬਾਂਹ ਟੁੱਟ ਜਾਵੇ ਤਾਂ ਉਹ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਮ ਲੱਗ ਜਾਂਦੀ ਸੀ। ਸੋ ਅੱਜ ਵੀ ਉਹ ਹਾਲਾਤ ਨੇ, ਪੰਜਾਬ ਦੇ ਵਿੱਚ ਕੋਈ ਵੀ ਘਟਨਾ ਵਾਪਰ ਜਾਵੇ ਉਹਦਾ ਦੋਸ਼ ਆ ਜਿਹੜਾ ਉਹ ਸਿੱਖਾਂ ਸਿਰ ਮੜ ਦਿੱਤਾ ਜਾਂਦਾ। ਸੋ ਰਾਜਾ ਸ਼ਾਂਸੀ ਦੇ ਵਿੱਚ ਜਿਹੜਾ ਨਿਰੰਕਾਰੀ ਭਵਨ ਆ ਉਹਦੇ 'ਤੇ ਜਿਹੜਾ ਗ੍ਰਨੇਡ ਹਮਲਾ ਹੋਇਆ ਜਿਹਦੇ 'ਚ 3 ਵਿਅਕਤੀ ਮਾਰੇ ਗਏ ਨੇ, ਉਹ ਹਮਲੇ ਨੂੰ, ਉਸ ਕਾਰਵਾਈ ਨੂੰ ਪੂਰਨ ਰੂਪ ਦੇ ਵਿੱਚ ਸਿੱਖਾਂ ਸਿਰ ਮੜਨ ਦੀ ਹਰ ਸੰਭਵ ਕੋਸ਼ਿਸ਼ ਆ ਜਿਹੜੀ ਉਹ ਇਸ ਦੇਸ਼ ਦੀਆਂ ਖੁਫੀਆ ਏਜੰਸੀਆਂ ਵੱਲੋਂ ਵੀ ਹੋ ਰਹੀ ਆ, ਇਸ ਦੇਸ਼ ਦੇ ਹੁਕਮਰਾਨਾਂ ਵੱਲੋਂ ਵੀ ਹੋ ਰਹੀ ਆ,
ਅਤੇ ਜਿਹੜੀ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਲਗਾਤਾਰ, ਜਿਨ੍ਹਾਂ ਨੂੰ ਮਤਲਬ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਆਉਂਦੀ ਕਿ ਪੰਜਾਬ ਦੇ ਵਿੱਚ ਕੋਈ ਵੀ ਘਟਨਾ ਵਾਪਰ ਜਾਵੇ ਇਹ ਤਾਂ ਖਾਲਿਸਤਾਨੀਆਂ ਦਾ ਕਾਰਨਾਮਾ ਜੀ, ਇਹ ਤਾਂ ਗਰਮ ਖਿਆਲੀਆਂ ਦਾ ਕਾਰਨਾਮਾ ਜੀ, ਇਹ ਤਾਂ ਜਿਹੜੇ ISI ਨਾਲ ਮਿਲੇ ਹੋਏ ਸਿੱਖ ਨੇ ਉਹਨਾਂ ਦਾ ਕਾਰਨਾਮਾ ਜੀ, ਮਤਲਬ ਬਿਨਾਂ ਕਿਸੇ ਜਾਂਚ ਤੋਂ, ਬਿਨਾਂ ਕਿਸੇ ਰਿਪੋਰਟ ਤੋਂ, ਬਿਨਾਂ ਕਿਸੇ ਸਬੂਤ ਤੋਂ ਸਿੱਧਾ ਸਿੱਧਾ ਇਲਜ਼ਾਮ ਆ ਜਿਹੜਾ ਉਹ ਸਿੱਖਾਂ ਸਿਰ ਲਾ ਦਿੱਤਾ ਜਾਂਦਾ। ਸੋ ਭਾਵੇਂ ਕਿ ਬੜੀ ਸਾਡੇ ਸਾਹਮਣੇ ਇੱਕ ਹਾਸੋਹੀਣੀ ਗੱਲ ਆ ਕਿ ਇਸ ਦੇਸ਼ ਦੀਆਂ ਖੁਫੀਆ ਏਜੰਸੀਆਂ ਦਾ ਪਹਿਲਾ ਜਿਹੜਾ ਪ੍ਰਤੀਕਰਮ ਸੀ ਜਦੋਂ ਇਹ ਘਟਨਾ ਵਾਪਰੀ ਆ ਹੈਂਡ ਗ੍ਰਨੇਡ ਦੇ ਹਮਲੇ ਵਾਲੀ, ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਤੋਂ ਜਿਹੜੇ ਅੱਤਵਾਦੀ ਨੇ ਉਹ ਹਿੰਦੁਸਤਾਨ 'ਚ ਦਾਖਲ ਹੋਏ ਹੋਏ ਸੀ, ਇਹ ਕਾਰਵਾਈ ਉਹਨਾਂ ਦੀ ਹੋ ਸਕਦੀ ਹੈ। ਪਰੰਤੂ ਅੱਜ ਇਸ ਸੰਬੰਧ ਦੇ ਵਿੱਚ ਸਿੱਖ ਨੌਜਵਾਨਾਂ ਦੀ, ਸਿੱਖ ਆਗੂਆਂ ਦੀ ਵੱਡੀ ਪੱਧਰ 'ਤੇ ਫੜੋ ਫੜੀ ਹੋ ਰਹੀ ਆ, ਅਤੇ ਜਦੋਂ ਪੁਲਿਸ ਜਾਂ ਪੁਲਿਸ ਅਫਸਰਾਂ ਤੋਂ ਜਾਂ ਖੁਫੀਆ ਏਜੰਸੀਆਂ ਵਾਲਿਆਂ ਤੋਂ ਜਾਂ ਸਰਕਾਰ ਦੇ ਅੱਗੇ ਸਵਾਲ ਕੀਤਾ ਜਾਂਦਾ ਕਿ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਇਹ ਹਮਲਾ ਜਿਹੜਾ ਇਹ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਕੀਤਾ ਸੀ, ਅਤੇ ਹੁਣ ਇਹ ਜਿਹੜੀਆਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹ ਕਿਹੜੇ ਖਾਤੇ 'ਚ ਹੋ ਰਹੀਆਂ? ਉਹਨਾਂ ਦਾ ਜਵਾਬ ਆ ਜਿਹੜਾ ਬੜਾ ਕਮਾਲ ਦਾ ਜਵਾਬ ਆ, ਮਤਲਬ ਕਿ ਉਹ ਤਾਂ ਜੀ ਪਾਕਿਸਤਾਨ ਦੇ ਅੱਤਵਾਦੀ ਤਾਂ ਵਾਪਸ ਚਲੇ ਗਏ ਸੀ। ਹੁਣ ਸਾਨੂੰ ਇਹ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਾਕਿਸਤਾਨ ਤੋਂ ਆਉਣ ਵਾਲੇ ਅੱਤਵਾਦੀ ਪਹਿਲਾਂ ਆਉਣ ਤੋਂ ਪਹਿਲਾਂ ਵੀ ਇਹਨਾਂ ਕੋਲ ਹਾਜ਼ਰੀ ਲਵਾਉਂਦੇ ਨੇ, ਇਹਨਾਂ ਨੂੰ ਜਾਣਕਾਰੀ ਹੋ ਜਾਂਦੀ ਹੈ ਕਿ ਅੱਜ 4 ਪਾਕਿਸਤਾਨ ਦੇ ਅੱਤਵਾਦੀ ਹਿੰਦੁਸਤਾਨ ਦੀ ਧਰਤੀ 'ਤੇ ਆ ਗਏ ਨੇ, ਅਤੇ ਜਦੋਂ ਉਹ ਵਾਪਸ ਜਾਂਦੇ ਨੇ ਉਦੋਂ ਵੀ ਇਹਨਾਂ ਕੋਲ ਹਾਜ਼ਰੀ ਲਵਾ ਕੇ ਜਾਂਦੇ ਨੇ ਕਿ ਇਹਨਾਂ ਨੂੰ ਇਹ ਵੀ ਖਬਰ ਹੋ ਜਾਂਦੀ ਹੈ ਕਿ ਹੁਣ ਉਹ ਵਾਪਸ ਚਲੇ ਗਏ ਜੀ। ਸੋ ਇਹ ਜਿਹੜਾ ਕਾਂਡ ਵਾਪਰਿਆ, ਰਾਜਾ ਸਾਂਸੀ ਵਾਲਾ ਨਿਰੰਕਾਰੀ ਕਾਂਡ ਵਾਪਰਿਆ, ਇਹਦੀਆਂ ਕੜੀਆਂ ਜਿਹੜੀਆਂ ਕਿੱਥੇ ਕਿੱਥੇ ਜੁੜੀਆਂ ਹੋਈਆਂ, ਕਿਵੇਂ ਕਿਵੇਂ ਜੁੜੀਆਂ ਹੋਈਆਂ, ਅਤੇ ਉਹ ਕੜੀਆਂ ਨੂੰ ਬਿਨਾਂ ਮਤਲਬ ਉਹਨਾਂ ਦੀ ਜਾਂਚ ਪਰਖ ਕੀਤੇ ਤੋਂ ਜਿਹੜਾ ਦੋਸ਼ ਆ ਪੂਰਨ ਰੂਪ ਦੇ ਵਿੱਚ ਸਿੱਖਾਂ 'ਤੇ ਲਾ ਦਿੱਤਾ ਜਾਂਦਾ। ਇੱਕ ਪਾਸੇ ਨਿਰੰਕਾਰੀ ਮਿਸ਼ਨ ਆ ਜਿਹੜਾ, ਜਿਹੜੀ ਉਹਨਾਂ ਦੀ ਹੁਣ ਇਸ ਵੇਲੇ ਉਸ ਨਿਰੰਕਾਰੀ ਬਾਬੇ ਦੀ ਗੁਰਬਚਨੇ ਦੀ ਜਿਹੜੀ ਪੋਤੀ ਆ ਇਸ ਵੇਲੇ ਉਹ ਨਿਰੰਕਾਰੀ ਮਿਸ਼ਨ ਦੀ ਮੁਖੀ ਆ, ਅਤੇ ਉਹਦੇ ਵੱਲੋਂ ਜਿਹੜਾ ਪਾਣੀਪਤ ਕੋਲ 71ਵਾਂ ਨਿਰੰਕਾਰੀ ਜਿਹੜਾ ਉਹ ਹਰ ਸਾਲ ਜਿਹੜਾ ਸਮਾਗਮ ਕਰਵਾਉਂਦੇ ਨੇ ਉਹ ਕਰਵਾਇਆ ਜਾ ਰਿਹਾ, ਬੜੀ ਵੱਡੀ ਪੱਧਰ 'ਤੇ ਉਸ 'ਤੇ ਖਰਚ ਕੀਤਾ ਜਾ ਰਿਹਾ। ਦਿੱਲੀ ਤੋਂ ਲੈ ਕੇ ਕਰਨਾਲ ਤੱਕ ਜਿਹੜੀਆਂ ਫਲੈਕਸ ਬੋਰਡਾਂ ਨੇ ਉਹਦੇ ਨਾਲ ਮਤਲਬ ਉਹ ਭਰੀਆਂ ਪਈਆਂ ਨੇ ਉਸ ਜਿਹੜੀਆਂ ਸੜਕਾਂ ਨੇ, ਅਤੇ ਜਿਹੜਾ ਵੱਡਾ ਐਡਾ ਵੱਡਾ ਪੰਡਾਲ ਲਾਇਆ ਜਾ ਰਿਹਾ ਪਾਣੀਪਤ ਦੇ ਵਿੱਚ, ਉਹਨੂੰ ਦੇਖ ਕੇ ਵੀ ਹੈਰਤ ਆ ਜਿਹੜੀ ਉਹ ਗੁੰਮ ਹੁੰਦੀ ਆ। ਪਰੰਤੂ ਉਹਨਾਂ ਦਿਨਾਂ ਦੇ ਵਿੱਚ ਜਦੋਂ ਨਿਰੰਕਾਰੀ ਨੇ ਜਿਹੜੇ ਇਹ ਨਕਲੀ ਨਿਰੰਕਾਰੀ ਨੇ ਜਿਹੜੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦੇ ਨੇ, ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੀ ਵਾਪਰੀ ਘਟਨਾ ਉਹ ਕੀ ਇਸ਼ਾਰਾ ਕਰਦੀ ਆ? ਸੋ ਬਜਾਏ ਇਸ ਗੱਲ ਦੀ ਕਿ ਇਸ ਗੱਲ ਦੀ ਸਾਰੀ ਜਾਂਚ ਪਰਖ ਆ ਜਿਹੜੀ ਉਹ ਕੀਤੀ ਜਾਵੇ, ਕਿਹੜੀਆਂ ਧਿਰਾਂ ਨੇ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਸਰਗਰਮ ਹੋ ਸਕਦੀਆਂ ਨੇ, ਕਿਹੜੀਆਂ ਧਿਰਾਂ ਨੂੰ ਇਸ ਗੱਲ ਦਾ ਲਾਹਾ ਹੋ ਸਕਦਾ, ਉਸ ਗੱਲ ਦੀ ਜਾਂਚ ਪਰਖ ਕੀਤੇ ਤੋਂ ਬਿਨਾਂ ਸਾਰਾ ਦੋਸ਼ ਆ ਜਿਹੜਾ ਉਹ ਸਿੱਖ ਜਥੇਬੰਦੀਆਂ 'ਤੇ ਲਾਇਆ ਜਾ ਰਿਹਾ, ਸਿੱਖ ਨੌਜਵਾਨਾਂ ਦੀ, ਸਿੱਖ ਆਗੂਆਂ ਦੀ ਵੱਡੀ ਪੱਧਰ 'ਤੇ ਫੜੋ ਫੜੀ ਹੋ ਰਹੀ ਆ। ISI ਕੋਲ ਉਹਨਾਂ ਨੂੰ ਕਿਹਾ ਜਾਂਦਾ ਕਿ ਜੀ ISI ਨੇ ਇਹਨਾਂ ਦੇ ਬਿਆਨ ਲੈਣੇ ਨੇ। ਸੋ ISI ਆ ਜਿਹੜੀ ਉਹ ਜੇ ਬਾਦਲ ਕੇ ਬਰਗਾੜੀ ਕਾਂਡ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਕਾਂਡ ਆ, ਉਹਦੇ 'ਚ ਮੁੱਖ ਦੋਸ਼ੀ ਮੰਨੇ ਜਾਂਦੇ ਨੇ, ਮੁੱਖ ਦੋਸ਼ੀ ਠਹਿਰਾਏ ਜਾਂਦੇ ਨੇ, ਉਹਨਾਂ ਨੂੰ ਸੰਮਣ ਕਰਕੇ ਬੁਲਾਇਆ ਜਾਂਦਾ, ਸਿਰਫ ਸੰਮਣ ਕਰਕੇ ਬੁਲਾਇਆ ਜਾਂਦਾ।
ਅਤੇ ਇੱਥੇ ਇੱਕ ਕਾਂਡ ਵਾਪਰ ਜਾਂਦਾ ਜਿਹਦਾ ਸਿੱਖਾਂ ਦੇ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ, ਅਤੇ ਸਿੱਖਾਂ ਨੂੰ ਗ੍ਰਿਫਤਾਰੀਆਂ ਨੇ ਅਤੇ ਬਹਾਨਾ ਬਣਾਇਆ ਜਾਂਦਾ ਕਿ INA ਨੇ ਉਹਨਾਂ ਦੀ ਜਾਂਚ ਕਰਨੀ ਆ। ਸੋ ਕੀ ਮਤਲਬ ਸਿੱਖਾਂ ਨੂੰ ਸੰਮਣ ਕਰਕੇ ਨਹੀਂ ਬੁਲਾਇਆ ਜਾ ਸਕਦਾ ਜੇ ਕਿਸੇ ਕੋਈ ਗੱਲ ਦੀ ਪੁੱਛ ਪੜਤਾਲ ਵੀ ਕਰਨੀ ਆ? ਕੀ ਸਿੱਖਾਂ ਲਈ ਸਿਰਫ ਅਤੇ ਸਿਰਫ ਗ੍ਰਿਫਤਾਰੀਆਂ ਹੀ ਨੇ? ਸੋ ਇਹ ਸਾਡੇ ਸਾਹਮਣੇ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਸ ਦੇਸ਼ ਦੇ ਵਿੱਚ ਠੀਕ ਹੈ ਕਿ ਸਾਡੇ ਸਾਹਮਣੇ ਇੱਕ ਅਦਾਲਤ ਵੱਲੋਂ ਇੱਕ ਫੈਸਲਾ ਆਇਆ, ਪਰੰਤੂ ਮੁੱਖ ਰੂਪ ਦੇ ਵਿੱਚ ਜਿਹੜਾ ਇਸ ਦੇਸ਼ ਦਾ ਢਾਂਚਾ, ਚਾਹੇ ਉਹ ਇਸ ਦੇਸ਼ ਦੇ ਹਾਕਮ ਨੇ, ਚਾਹੇ ਉਹ ਇਸ ਦੇਸ਼ ਦੇ ਖੁਫੀਆ ਏਜੰਸੀਆਂ ਨੇ, ਚਾਹੇ ਉਹ ਇਸ ਦੇਸ਼ ਦੇ ਅਫਸਰ ਨੇ, ਚਾਹੇ ਉਹ ਇਸ ਦੇਸ਼ ਦੀ ਨਿਆਂਪਾਲਿਕਾ, ਚਾਹੇ ਉਹ ਇਸ ਦੇਸ਼ ਦਾ ਮੀਡੀਆ, ਜਿਹੜਾ ਉਹ ਸਾਰਾ ਸਿੱਖ ਵਿਰੋਧੀ ਕਾਰਵਾਈਆਂ ਦੇ ਵਿੱਚ ਹਮੇਸ਼ਾ ਤੋਂ ਰੁੱਝਿਆ ਹੋਇਆ ਅਤੇ ਅੱਜ ਵੀ ਰੁੱਝਿਆ। ਅਤੇ ਬਰਗਾੜੀ ਮੋਰਚੇ ਨੂੰ ਬਦਨਾਮ ਕਰਨ ਦੇ ਲਈ, ਕਿਉਂਕਿ ਅੱਜ ਸਿੱਖਾਂ ਦੇ ਲਈ ਜੇ ਇੱਕੋ ਇੱਕ ਆਸ ਦੀ ਕਿਰਨ ਆ ਉਹ ਬਰਗਾੜੀ ਮੋਰਚਾ, ਉਹ ਬਰਗਾੜੀ ਮੋਰਚੇ ਦਾ ਸੰਘਰਸ਼ ਆ। ਸੋ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਸਮੇਂ ਦੀਆਂ ਖੁਫੀਆ ਏਜੰਸੀਆਂ ਨੇ, ਉਹਨਾਂ ਦਾ ਪੂਰਾ ਜ਼ੋਰ ਆ ਜਿਹੜਾ ਉਹ ਇਸ ਗੱਲ 'ਤੇ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰ੍ਹਾਂ ਬਰਗਾੜੀ ਮੋਰਚਾ ਜਿਹੜਾ ਉਹਨੂੰ ਬਦਨਾਮ ਕੀਤਾ ਜਾਵੇ। ਜਿਵੇਂ ਵਾਰ ਵਾਰ ਸਾਡੇ ਸਾਹਮਣੇ ਗੱਲ ਵੀ ਆਉਂਦੀ ਆ ਕਿ 2019 ਦੀਆਂ ਲੋਕ ਸਭਾ ਚੋਣਾਂ ਨੇ ਉਹ ਹਿੰਦੂ ਤਵੀ ਕਾਂਡ ਆ ਜਿਹੜਾ, ਹਿੰਦੂ ਤਵੀ ਪੱਤਾ ਜਿਹੜਾ ਉਹਦੇ 'ਤੇ ਲੜੀਆਂ ਜਾਣੀਆਂ ਨੇ। ਅਤੇ ਇਸ ਤੋਂ ਪਹਿਲਾਂ ਇੱਕ ਫੌਜ ਮੁਖੀ ਦਾ ਜਿਹੜਾ ਉਹ ਬਿਆਨ ਆਇਆ ਕਿ ਬਾਹਰਲੀਆਂ ਤਾਕਤਾਂ ਨੇ ਜਿਹੜੀਆਂ ਉਹ ਇਸ ਮਤਲਬ ਪੰਜਾਬ ਦੇ ਵਿੱਚ ਮਾਹੌਲ ਆ ਜਿਹੜਾ ਉਹ ਖਰਾਬ ਕਰਨਾ ਚਾਹੁੰਦੀਆਂ ਨੇ। ਅਤੇ ਉਸ ਤੋਂ ਬਾਅਦ ਫੌਜ ਮੁਖੀ ਦੇ ਬਿਆਨ ਤੋਂ ਬਾਅਦ ਇਹ ਘਟਨਾ ਜਿਹੜੀ ਇਹ ਵੀ ਵਾਪਰਦੀ ਆ, ਜਿਹੜੀ ਪਹਿਲਾਂ ਸਿੱਧੇ ਸਿੱਧੇ ਮਤਲਬ ਪਾਕਿਸਤਾਨ ਦੇ ਸਿਰ ਲਾਈ ਗਈ ਸੀ ਅਤੇ ਹੁਣ ਸਿੱਧੇ ਸਿੱਧੇ ਸਿੱਖਾਂ ਦੇ ਸਿਰ ਲਾਈ ਜਾਂਦੀ ਆ। ਹਾਲਾਂਕਿ ਕਿਸੇ ਵੀ ਖੁਫੀਆ ਏਜੰਸੀ ਕੋਲ, ਕਿਸੇ ਵੀ ਜਾਂਚ ਏਜੰਸੀ ਕੋਲ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਬੂਤ ਨਹੀਂ ਜਿਹੜਾ ਇਸ ਪਾਸੇ ਇਸ਼ਾਰਾ ਕਰਦਾ ਹੋਵੇ ਕਿ ਸਿੱਖਾਂ ਦਾ ਇਸ ਮਸਲੇ ਦੇ ਵਿੱਚ ਕੋਈ ਹੱਥ ਹੋ ਸਕਦਾ, ਹੱਥ ਹੋਣ ਦਾ ਕੋਈ ਕਾਰਨ ਆ ਜਿਹੜਾ ਉਹ ਵੀ ਹੁਣ ਤੱਕ ਬਿਆਨ ਨਹੀਂ ਕੀਤਾ ਗਿਆ ਕਿ ਆਖਰ ਨੂੰ ਜੇ ਕੋਈ ਐਡੀ ਵੱਡੀ ਘਟਨਾ ਵਾਪਰਦੀ ਆ ਅਤੇ ਉਹ ਘਟਨਾ ਨੂੰ ਵਾਪਰਨ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ, ਬਿਨਾਂ ਕਾਰਨ ਤੋਂ ਇਹੋ ਜਿਹੀ ਘਟਨਾ ਜਿਹੜੀ ਨਹੀਂ ਵਾਪਰਦੀ। ਸੋ ਕੋਈ ਵੀ ਇਸ ਤਰ੍ਹਾਂ ਦਾ ਇੱਕ ਕਾਰਨ ਆ ਜਿਹੜਾ ਹੁਣ ਤੱਕ ਖੁਫੀਆ ਏਜੰਸੀਆਂ ਨੇ, ਪੁਲਿਸ ਅਧਿਕਾਰੀਆਂ ਨੇ, ਸਮੇਂ ਦੇ ਹਾਕਮਾਂ ਨੇ ਅਜਿਹਾ ਇੱਕ ਵੀ ਕਾਰਨ ਆ ਜਿਹੜਾ ਉਹ ਸਿੱਖ ਸੰਗਤਾਂ ਸਾਹਮਣੇ ਪੇਸ਼ ਨਹੀਂ ਕੀਤਾ ਜਿਹੜਾ ਇਸ ਗੱਲ ਦੀ ਗਵਾਹੀ ਭਰ ਸਕੇ ਕਿ ਇਸ ਕਾਂਡ ਦੇ ਪਿੱਛੇ ਸਿੱਖਾਂ ਦਾ ਹੱਥ ਹੋ ਸਕਦਾ। ਸਿਰਫ ਅਤੇ ਸਿਰਫ ਸਿੱਖਾਂ 'ਤੇ ਇੱਕ ਦਹਿਸ਼ਤ ਦਾ ਦੌਰ ਚਲਾਉਣ ਦਾ ਬਹਾਨਾ, ਬਰਗਾੜੀ ਮੋਰਚੇ ਨੂੰ ਬਦਨਾਮ ਕਰਨ ਦਾ ਬਹਾਨਾ, ਅਤੇ ਅਗਲੀ ਜਿਹੜੀ ਗੱਲ ਇਹ ਆ ਕਿ ਨਕਲੀ ਨਿਰੰਕਾਰੀ ਨੇ ਜਿਹੜੇ ਉਹਨਾਂ ਦਾ ਜਿਹੜਾ ਸਮਾਗਮ ਹੋ ਰਿਹਾ ਉਹਨੂੰ ਹਾਈਲਾਈਟ ਕਰਨਾ, ਕਿਉਂਕਿ ਜਦੋਂ ਇੱਕ ਪਾਸੇ ਉਸ ਮਿਸ਼ਨ ਦਾ ਅਤੇ ਐਡਾ ਵੱਡਾ ਹਮਲਾ ਹੁੰਦਾ ਵਾ, 3 ਬੰਦੇ ਮਾਰੇ ਜਾਂਦੇ ਨੇ, ਅਤੇ ਦੂਜੇ ਪਾਸੇ ਉਹ ਪਹਿਲੀ ਵਾਰ ਇੱਕ ਨੌਜਵਾਨ ਕੁੜੀ ਆ ਜਿਹੜੀ ਉਸ ਮਿਸ਼ਨ ਦੀ ਅਗਵਾਈ ਕਰਦਿਆਂ ਹੋਇਆਂ ਪਹਿਲੀ ਵਾਰ ਸਾਲਾਨਾ ਸਮਾਗਮ ਦੇ ਵਿੱਚ ਬਤੌਰ ਮੁਖੀ ਸ਼ਾਮਲ ਹੋ ਰਹੀ ਆ ਅਤੇ ਵੱਡੀ ਪੱਧਰ 'ਤੇ ਉਸ ਸਮਾਗਮ ਨੂੰ ਪ੍ਰਚਾਰਿਆ ਜਾ ਰਿਹਾ। ਸੋ ਇਹ ਸਾਰੀਆਂ ਕੜੀਆਂ ਨੇ ਜਿਹੜੀਆਂ ਇਹ ਕਿਤੇ ਨਾ ਕਿਤੇ ਕੁਛ ਬੋਲਦੀਆਂ ਨੇ, ਪਰੰਤੂ ਕੋਈ ਉਸ ਬੋਲ ਨੂੰ ਸੁਣਨਾ ਨਹੀਂ ਚਾਹੁੰਦਾ, ਕੋਈ ਬੋਲ ਨੂੰ ਪੜ੍ਹਨਾ ਨਹੀਂ ਚਾਹੁੰਦਾ। ਸਿਰਫ ਅਤੇ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਦਾ ਦੌਰ ਆ ਜਿਹੜਾ ਉਹ ਹੋਰ ਤੇਜ਼ ਹੋਊਗਾ ਜੇ ਸਿੱਖ ਜਥੇਬੰਦੀਆਂ ਉਹਨਾਂ ਗ੍ਰਿਫਤਾਰੀਆਂ ਦਾ ਡਟ ਕੇ ਵਿਰੋਧ ਨਹੀਂ ਕਰਦੀਆਂ
ਅਤੇ ਉਹ ਦੌਰ ਆ ਜਿਹੜਾ ਉਹ ਹੋਰ ਤੇਜ਼ ਹੋਊਗਾ। ਮੈਂ ਇਸ ਗੱਲ ਦਾ ਦਾਅਵਾ ਅੱਜ ਤੁਹਾਡੇ ਨਾਲ ਕਰਦਾ। ਸੋ ਮੈਂ ਸਿੱਖ ਜਥੇਬੰਦੀਆਂ ਨੂੰ ਵੀ ਇਸ ਗੱਲ ਦੇ ਲਈ ਉਹਨਾਂ ਨੂੰ ਵੀ ਹੋਕਾ ਦਿੱਤਾ ਜਾਂਦਾ, ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾਂਦਾ, ਸੁਚੇਤ ਕੀਤਾ ਜਾਂਦਾ ਕਿ ਉਹ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਡਟਵਾਂ ਵਿਰੋਧ ਕਰਨ। ਜਿਹੜੀ ਸਰਕਾਰ ਦੀ ਇਹ ਕੋਝੀ ਸਾਜਿਸ਼ ਆ, ਇਸ ਸਾਜਿਸ਼ ਨੂੰ ਨਾਕਾਮ ਬਣਾ ਦਿੱਤਾ ਜਾਵੇ ਕਿ ਸਿੱਖਾਂ ਦੇ ਮੱਥੇ 'ਤੇ ਜਿਹੜਾ ਅੱਤਵਾਦੀ ਹੋਣ ਦਾ, ਵੱਖਵਾਦੀ ਹੋਣ ਦਾ, ISI ਦੇ ਏਜੰਟ ਹੋਣ ਦਾ ਜਿਹੜਾ ਫੱਟਾ ਜਿਹੜਾ ਲੇਬਲ ਆ, ਇਹ ਇੱਕ ਮਿੰਟ ਤੋਂ ਪਹਿਲਾਂ ਲਾ ਦਿੱਤਾ ਜਾਂਦਾ। ਸੋ ਅਸੀਂ ਉਸ ਦਾ ਡਟ ਕੇ ਵਿਰੋਧ ਕਰਨਾ, ਅਤੇ ਜੋ ਕਾਰਨ ਨੇ, ਸਪਸ਼ਟ ਕਾਰਨ ਨੇ, ਉਹਨਾਂ ਨੂੰ ਵੀ ਮਤਲਬ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ। ਸੋ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਆਗਿਆ ਲਵਾਂਗੇ। ਹੁਣ ਨਿਰੰਤਰ ਇਹ ਪ੍ਰੋਗਰਾਮ ਆ ਜਿਹੜਾ ਢਿੱਡ ਦੀ ਗੱਲ, ਤੁਹਾਡੇ ਨਾਲ ਲਗਾਤਾਰ ਅਸੀਂ ਹਰ ਚੜ੍ਹਦੇ ਸੂਰਜ ਇਸ ਪ੍ਰੋਗਰਾਮ ਨੂੰ ਲੈ ਕੇ ਤੁਹਾਡੀ ਕਚਹਿਰੀ ਵਿੱਚ ਸ਼ਾਮਿਲ ਹੁੰਦੇ ਰਹਾਂਗੇ। ਸੋ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਉਦੋਂ ਤੱਕ, ਅਗਲੇ ਪ੍ਰੋਗਰਾਮ ਤੱਕ ਲਈ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।